ਹਾਂ, ਕੀ ਚੱਲ ਰਿਹਾ? ਹੋਰ ਸੁਣਾਓ ਜੀ, ਘਰੇ ਸਾਰੇ ਤਿਆਰ ਆ, ਪਰਿਵਾਰ ਸਾਰਾ ਵਧੀਆ? ਹਾਂਜੀ, ਬਹੁਤ ਵਧੀਆ ਜੀ, ਤੁਸੀਂ ਸੁਣਾਓ? ਹਾਂਜੀ, ਮੈਂ ਕਿਹਾ ਪਛਾਣੇ ਨੀ ਇਹਨੂੰ, ਕੌਣ ਬੋਲਦਾ? ਕੌਣ ਬੋਲ ਰਹੇ ਜੀ? ਮੈਂ ਆਵਾਜ਼ ਤੇ ਪਛਾਣ ਹੀ ਲੱਗਦੀ ਹੈ। ਮੈਂ ਕਿਹਾ ਬਾਹਰੋਂ ਗੱਲ ਕਰ ਰਹੇ ਹਾਂ, ਵਿਦੇਸ਼ਾਂ ਚੋਂ ਕਿ ਆਪਣਾ ਕੀ ਆਉਣਾ ਬਾਹਰਲੀ ਕੰਟਰੀ ਚ, ਹਾਂਜੀ ਪਛਾਣੋ ਭਲਾ ਕੌਣ ਗਿਆ ਵਾ, ਹਾਂਜੀ ਹਾਂਜੀ ਗਿਆ ਜੀ, ਗਿਆ ਕੌਣ ਗਿਆ ਵਾ? ਭਗਵੰਤ ਗਿਆ ਜੀ, ਭਗਵੰਤ, ਹਾਂਜੀ ਭਗਵੰਤ ਗਿਆ ਜੀ, ਕੌਣ ਗਿਆ ਵਾ? ਭਗਵੰਤ। ਅੱਛਾ, ਕਿਹੜੀ ਕੰਟਰੀ ਚ ਗਿਆ? ਅਮਰੀਕਾ ਗਿਆ ਜੀ। ਹਾਂਜੀ, ਅਮਰੀਕਾ ਗਿਆ ਵਾ, ਕੀ ਲੱਗਦਾ ਭਲਾ ਤੁਹਾਡਾ? ਹਾਂਜੀ, ਮੈਂ ਕਿਹਾ ਤੁਹਾਡਾ ਕੀ ਲੱਗਦਾ ਵਾ? ਕਜ਼ਨ ਹੈ ਜੀ। ਅੱਛਾ ਅੱਛਾ, ਹੋਰ ਵੀਰੇ ਕੀ ਹਾਲ ਆ? ਠੀਕ ਠਾਕ ਆ? ਹਾਂਜੀ ਹਾਂਜੀ, ਠੀਕ ਹੈ, ਵਧੀਆ ਵਧੀਆ, ਤੁਸੀਂ ਸੁਣਾਓ? ਹੋਰ ਸੁਣਾ, ਘਰੇ ਸਾਰੀ ਖੈਰ ਆ, ਪਰਿਵਾਰ ਸਾਰਾ ਵਧੀਆ? ਹਾਂ ਸਭ ਵਧੀਆ, ਸਭ ਵਧੀਆ, ਤੁਸੀਂ ਦੱਸੋ? ਹੋਰ ਘਰੇ ਸਾਰੀ ਖੈਰ ਆ? ਹਾਂਜੀ ਹਾਂਜੀ, ਸਭ ਵਧੀਆ ਵਧੀਆ, ਖੈਰ ਆ, ਪੂਰੀ ਖੈਰ ਆ, ਤੁਸੀਂ ਸੁਣਾਓ? ਹਾਂਜੀ, ਮੈਂ ਕਿਹਾ ਗੱਲ ਕਰਨੀ ਸੀ ਇੱਕ ਤੇਰੇ ਨਾਲ ਜ਼ਰੂਰੀ। ਹਾਂਜੀ ਹਾਂਜੀ, ਦੱਸੋ। ਹਾਂਜੀ, ਮੈਂ ਇੱਕ ਨਵਾਂ ਪਲਾਟ ਆ ਤੇ ਆਪਾਂ ਉਹਦਾ ਸੌਦਾ ਕਰਵਾਉਣਾ ਵਾ। ਅੱਛਾ, ਠੀਕ ਆ, ਹਾਂ ਤੇ ਕਰਾਓ, ਵਧੀਆ ਜ਼ਰੂਰ। ਗੱਲ, ਤੁਸੀਂ ਕੀ ਕਹਿੰਦੇ ਹੋ? ਕਰਾ ਲਓ, ਵਧੀਆ ਗੱਲ ਆ, ਹੈ ਵਧੀਆ ਗੱਲ ਆ, ਵਧਾਈ ਵਾਲੀ ਗੱਲ ਆ, ਪਲਾਟ ਲਿਆ ਦੇ। ਹਾਂਜੀ ਹਾਂਜੀ, ਵਧੀਆ ਕਰਾਓ। ਆਹ ਤੇ ਫਿਰ ਆਹ ਤੇ ਗੱਲ ਆਪਣੇ ਦੋਨਾਂ ਚ ਰੱਖੀ, ਗੱਲ ਕਿਸੇ ਨੂੰ ਅੱਗੇ ਸ਼ੇਅਰ ਨਾ ਕਰੇ। ਠੀਕ ਆ, ਅੱਛਾ, ਤੇ ਫਰੂ ਕੌਣ ਬੋਲਦਾ? ਹਾਂਜੀ, ਹੈਲੋ, ਆਵਾਜ਼ ਆ ਰਹੀ ਹੈ ਮੇਰੀ? ਹਾਂਜੀ ਹਾਂਜੀ, ਆ ਰਹੀ ਆ ਰਹੀ ਆ। ਅੱਛਾ, ਤੇ ਨਾ ਉਹ ਨਾ ਸਮਝ ਲੈਣਾ ਮੁੰਡਾ ਜਿਹੜਾ ਮੇਰੇ ਨਾਲ ਗੱਲ ਕਰਦਾ ਤੇ। ਹਾਂਜੀ ਹੈਲੋ, ਹਾਂਜੀ ਹਾਂਜੀ, ਦੱਸੋ। ਹਾਂਜੀ, ਉਹਨੇ ਮੇਰੇ ਨਾਲ ਗੱਲ ਕੀਤੀ ਆ, ਸਾਰੀ ਗੱਲ ਬਾਤ ਹੋ ਗਈ ਆ, ਤੇ ਯਾਨੀ ਕਿ ਉਹ ਪਲਾਟ ਲਿਆ ਵਾ, 50 ਲੱਖ ਦੀ ਉਹਦੀ ਡਿਮਾਂਡ ਸੀਗੀ। ਅੱਛਾ, ਤੇ ਉਹ ਯਾਨੀ ਕਿ ਮੈਨੂੰ 25 ਲੱਖ ਚ ਮਿਲ ਗਿਆ ਵਾ, ਹੁਣ ਆਪਾਂ ਉਹਦਾ ਬਿਆਨਾ ਕਰਵਾਉਣਾ ਵਾ, 2 ਲੱਖ ਤੇ 40,000 ਰੁਪਇਆ। ਵੈਰੀ ਗੁੱਡ, ਵਧੀਆ ਕੀਤਾ, ਵਧੀਆ। ਹਾਂਜੀ, ਤੇ ਯਾਨੀ ਕਿ ਉਹਦਾ ਨਾ ਉਹਨਾਂ ਦੀ ਨਾ ਗ੍ਰੈਂਡ ਮਦਰ ਹੋਸਪਿਟਲ ਚ ਬਿਮਾਰ ਪਈ ਆ। ਅੱਛਾ, ਉਹਨਾਂ ਨੇ ਯਾਨੀ ਕਿ ਉਹਦਾ ਇਲਾਜ ਕਰਵਾਉਣਾ ਸੀਗਾ, ਤੇ ਤਾਂ ਕਰਕੇ ਨਾ ਉਹ ਯਾਨੀ ਕਿ ਪਲਾਟ ਵੇਚਿਆ ਵਾ। ਅੱਛਾ, ਤੇ ਕਿਉਂਕਿ ਹੁਣ ਉਹਨਾਂ ਕੋਲ ਪੈਸੇ ਨੀ ਸੀ ਗਏ, ਤੇ ਉਹਨਾਂ ਨੇ ਯਾਨੀ ਕਿ ਆਪਰੇਸ਼ਨ ਕਰਵਾਉਣਾ ਵਾ, ਉਹਦੇ ਵਾਸਤੇ ਉਹਨਾਂ ਨੂੰ ਪੈਸੇ ਚਾਹੀਦੇ ਆ, ਤੇ 2,40,000 ਰੁਪਇਆ ਆਪਾਂ ਉਹਨਾਂ ਨੂੰ ਦੇਣਾ ਵਾ। ਠੀਕ ਆ, ਚਲੋ, ਅੱਜ ਦੀ ਡੇਟ ਚ। ਅੱਛਾ ਅੱਛਾ ਅੱਛਾ, ਹਾਂਜੀ, ਤੇ ਫਿਰ ਤੁਸੀਂ ਮੈਨੂੰ ਕੌਂਟ ਦੇ ਦਿਓ, ਮੈਂ ਤੁਹਾਨੂੰ ਪੈਸੇ ਘਲਾਣੇ ਆ, ਤੇ ਤੁਸੀਂ ਇਹ ਕਰਨਾ ਵਾ, 2,40,000 ਰੁਪਇਆ ਤੁਸੀਂ ਉਹਨਾਂ ਨੂੰ ਦੇ ਦੇਣੇ ਆ, ਜਿਹੜੇ ਬਾਕੀ ਦੇ ਰਹਿ ਜਾਣਗੇ ਫਿਰ ਤੁਸੀਂ ਆਪਣੇ ਕੋਲ ਰੱਖਿਆ, ਜੇ ਮੈਂ ਆ ਰਿਹਾ ਵਾ ਅਗਲੇ ਮਹੀਨੇ ਆ ਕੇ ਲੈ ਲੂੰਗਾ ਦੇਰ ਤੋਂ। ਹਾਂ ਚਲੋ, ਕਰ ਲੈਣੇ, ਇੱਦਾਂ ਕਰ ਲੈਣੇ ਆ। ਤੇ ਹਾਂਜੀ, 5 ਲੱਖ ਰੁਪਇਆ ਮੈਂ ਪਾਉਣਾ ਤੇਰੇ ਅਕਾਊਂਟ ਚ। ਅੱਛਾ ਅੱਛਾ, ਠੀਕ ਆ, ਤੇ ਹਾਂਜੀ ਹੋਰ ਕੋਈ ਗੱਲਬਾਤ ਕੀ, ਕਿੱਦਾਂ ਅਕਾਊਂਟ ਨੰਬਰ ਭੇਜਾ ਹੁਣ? ਅੱਛਾ, ਤੇ ਹੋਰ ਕੀ ਚਾਹੀਦਾ? ਹਾਂਜੀ, ਹੋਰ ਕੁਛ ਨੀ, ਕੋਡ ਹੀ ਦਾ। ਅੱਛਾ, ਠੀਕ ਆ ਠੀਕ ਆ, ਹਾਂ ਤੇ ਕਦੋਂ ਆਉਣਾ? ਅੱਛਾ, ਅਗਲੇ ਮਹੀਨੇ। ਅੱਛਾ ਅੱਛਾ, ਤੇ ਹੋਰ ਹੋਰ ਕੋਈ ਨੀ ਪ੍ਰਬੰਧ ਹੋ ਸਕਦਾ? ਅਕਾਊਂਟ ਨੰਬਰ, ਅਕਾਊਂਟ ਨੰਬਰ ਜ਼ਰੂਰੀ ਆ?
ਚੱਲ ਰਿਹਾ? ਹਾਂ ਗੂਗਲ ਪੇ ਵੀ ਹੈਗਾ। ਅੱਛਾ ਤੇ ਉਹ ਦੇ ਦੇ ਫਿਰ, ਗੂਗਲ ਪੇ ਦੇ ਦੇ। ਤੇ ਗੂਗਲ ਪੇ ਦੇ ਆਹ ਦੇ ਦਿੰਦਾ, ਜਾਂ ਤਾਂ ਨੰਬਰ ਲਿਖਾਓ ਮੈਨੂੰ ਕੋਈ, ਉਹ ਗੂਗਲ ਪੇ ਇੰਨੇ ਪੈਸੇ ਆ ਜਾਣਗੇ। ਹਾਂਜੀ ਗੂਗਲ ਪੇ ਆ ਜਾਣਗੇ, ਪੈਸੇ ਕਿਉਂ ਨੀ ਆਉਣਗੇ। ਮੈਂ ਕਦੀ ਬਹੁਤਾ ਵਰਤਿਆ ਨੀ ਆ, ਪਰ ਜੇ ਆ ਜਾਂਦੇ ਉਹ ਚ ਭੇਜ ਦਿਓ ਵਧੀਆ। ਠੀਕ ਆ ਉਹਦੇ ਭੇਜ ਦਿਓ। ਤੇ ਉਹ ਦੇਣੇ ਗੂਗਲ ਪੇ ਚ ਹੋਣਾ ਆ 40,000 ਰੁਪਿਆ ਹੋਣਾ। ਗੂਗਲ ਪੇ ਓਨ ਕਰੋ, ਤੁਹਾਨੂੰ ਮੈਂ ਕੋਡ ਨੰਬਰ ਲਿਖਾ ਰਿਹਾ ਵਾ। ਅੱਛਾ ਤੇ ਤੁਸੀਂ ਨਾ ਯਾਨੀ ਕਿ 10,000 ਲਾ ਦੇ। ਹਾਂਜੀ ਲਿਖਾਓ ਲਿਖਾਓ ਫਿਰ ਗੂਗਲ ਨੰਬਰ। ਗੂਗਲ ਪੇ ਓਨ ਕਰੋ। ਓਨ ਕਰ ਰਿਹਾ ਮੈਂ। ਹਾਂਜੀ ਲਿਖਾਓ। ਹਾਂ ਕਰ ਲਓ ਗੂਗਲ ਪੇ। ਹਾਂਜੀ ਕਰ ਲਿਆ। ਹਾਂਜੀ ਲਿਖਾ ਦੋ। ਹਾਂਜੀ 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 ਬੈਂਕ ਚ ਹੋ ਜਾਣਾ ਟ੍ਰਾਂਸਫਰ ਕਰਾ ਦਾਂਗੇ ਫਿਰ, ਜਿੱਦਾਂ ਕਿਤੇ ਗੂਗਲ ਪੇ ਤੇ ਲਿਖਾ ਦੋ। ਗੂਗਲ ਪੇ ਤੇ ਗੂਗਲ ਦਾ ਬੈਂਕ ਅਕਾਊਂਟ ਹੈਗਾ ਵਾ। ਬੈਂਕ ਅਕਾਊਂਟ ਦੇ ਦੋ, ਲਿਖ ਲਓ ਗੂਗਲ ਪੇ ਲਿਖ ਲਓ। ਹਾਂਜੀ ਗੂਗਲ ਪੇ ਲਿਖ ਲਓ। 720 85 85 014। ਹਾਂਜੀ 32 32। ਕੀ ਨਾਂ ਆਇਆ ਵਾ ਇਹ? ਪਤਾ ਨੀ ਕੀ ਆ ਰਿਹਾ, ਸ਼ੇਖ ਰਸ਼ੀਦ ਏਦਾਂ ਕਰਕੇ ਸ਼ਾਇਦ। ਹਾਂਜੀ ਕੀ ਨਾਂ ਕੀ ਆ ਰਿਹਾ? ਨਾਂ ਆ ਰਿਹਾ ਸ਼ੇਖ, ਸ਼ੇਖ ਰਸ਼ੀਦ। ਸ਼ੇਖ ਰਸ਼ੀਦ ਨਾਂ ਆ ਰਿਹਾ? ਹਾਂ ਏਦਾਂ ਦਾ ਹੀ ਆਉਂਦਾ, ਜਾਂ ਮੈਂ ਗਲਤ ਤਾਂ ਨੀ ਲਿਖ ਲਿਆ? ਨਹੀਂ ਨਹੀਂ ਸ਼ੇਖ ਰਸ਼ੀਦ ਦੁਬਾਰਾ ਦੱਸੋ ਕੀ ਲਿਖਿਆ। ਨਹੀਂ ਇਹਦੇ ਮੈਨੂੰ ਉਹ ਬੰਦਾ ਕਦੋਂ ਆ ਕੇ ਲਊਗਾ ਮੇਰੇ ਕੋਲ ਪੈਸੇ, ਉਹਨੂੰ ਉਦਾਂ ਦੇ ਦਿੰਦੇ ਆ। ਤੂੰ ਕੌਣ ਤੇ ਪਾਣੇ ਜਾਂ ਨਹੀਂ ਪਾਣੇ ਮੈਨੂੰ ਦੱਸ। ਤੂੰ ਡਰਾਮੇ ਕਰਨ ਡਿਆ? ਨਹੀਂ ਪਾ ਦਿੰਦਾ ਪਾ ਦਿੰਦਾ, 10,000 ਪਾ ਦਿੰਦਾ ਹੁਣੇ ਫਿਰ। ਮੈਨੂੰ ਪਹਿਲੇ ਪਤਾ ਸੀ, ਮੈਨੂੰ ਪਹਿਲੇ ਪਤਾ ਸੀ ਤੂੰ